ਭਾਰਤ ਦੇਸ਼ ਦੇ ਲੋਕ ਜੋ ਕਿ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਪਛੜੇ ਹੋਏ ਹਨ ਉਹਨਾਂ ਨੂੰ ਮੇਨ ਧਾਰਾ ਦੇ ਨਾਲ ਜੋੜਨ ਦੇ ਲਈ ਪ੍ਰਧਾਨ ਮੰਤਰੀ ਦੇ ਦੁਆਰਾ 2014 ਦੇ ਵਿੱਚ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦਾ ਆਯੋਜਨ ਕੀਤਾ ਗਿਆ। ਇਸ ਯੋਜਨਾ ਦੇ ਅੰਤਰਗਤ ਬਹੁਤ ਸਾਰੇ ਕਰੋੜਾਂ ਲੋਕਾਂ ਦੇ ਦੁਆਰਾ ਆਪਣੇ ਸੇਵਿੰਗ ਅਕਾਊਂਟ ਖੁਲਾਏ ਗਏ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਵਿਸ਼ਵ ਰਿਕਾਰਡ ਹੈ ਅਤੇ ਇਸ ਤੋਂ ਇਲਾਵਾ ਇਹ ਸਵੈ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਦੇ ਲਈ ਪ੍ਰਧਾਨ ਮੰਤਰੀ ਦੇ ਦੁਆਰਾ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦਾ ਆਯੋਜਨ ਕੀਤਾ ਗਿਆ ਜਿਸ ਦੇ ਅੰਤਰਗਤ 50,000 ਤੋਂ ਲੈ ਕੇ 10,00,000 ਦੇ ਕਰਜ਼ੇ ਬਿਨਾਂ ਕਿਸੇ ਸਿਕਿਉਰਟੀ ਦੇ ਪ੍ਰੋਵਾਈਡ ਕਰਵਾਏ ਜਾਂਦੇ ਹਨ। ਜੇ ਅਸੀਂ ਇਹਨਾਂ ਸੋਸ਼ਲ ਸਿਕਿਉਰਟੀ ਸਕੀਮਾਂ ਦੇ ਅਤੇ ਫਾਈਨੈਂਸ਼ੀਅਲ ਸਿਕਿਉਰਟੀ ਸਕੀਮਾਂ ਦੇ ਬੈਕਗਰਾਉਂਡ ਨੂੰ ਦੇਖੀਏ ਤਾਂ ਇਹ ਕੋਈ ਨਵੀਂ ਗੱਲ ਨਹੀਂ ਹੈ ਜੋ ਕਿ ਸਾਡੇ ਫੋਨ ਦੇ ਵਿੱਚ ਆਈ ਆ ਜਾਂ ਸਾਡੇ ਦੇਖਣ ਦੇ ਵਿੱਚ ਇਹ ਗੱਲ ਅੱਜ ਸਾਹਮਣੇ ਆਈ ਆ। ਇਹ ਸਕੀਮਾਂ ਪਹਿਲਾਂ ਵੀ ਐਗਜ਼ਿਸਟੈਂਸ ਦੇ ਵਿੱਚ ਸੀਗੀਆਂ ਅਤੇ ਸਮੇਂ-ਸਮੇਂ 'ਤੇ ਸਰਕਾਰਾਂ ਦੇ ਦੁਆਰਾ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਜੇ ਅਸੀਂ ਅਨਔਰਗਨਾਈਜ਼ਡ ਵਰਕਰ ਸੋਸ਼ਲ ਸਿਕਿਉਰਟੀ ਐਕਟ 2008 ਨੂੰ ਦੇਖਦੇ ਹਾਂ ਤਾਂ ਜਿਸ ਦੇ ਅੰਤਰਗਤ 10 ਤੋਂ 12 ਸਕੀਮਾਂ ਆਉਂਦੀਆਂ ਹਨ ਜੋ ਕਿ ਲੋਕਾਂ ਨੂੰ ਫਾਈਨੈਂਸ਼ੀਅਲ ਏਡਸ ਪ੍ਰੋਵਾਈਡ ਕਰਵਾਉਂਦੀਆਂ ਹਨ। ਹਾਲਾਂਕਿ ਜੇ ਅਸੀਂ ਇਹਨਾਂ ਜਨ ਧਨ ਯੋਜਨਾ ਅਤੇ ਮੁਦਰਾ ਯੋਜਨਾ ਦੀ ਐਡਵਰਟਾਈਜ਼ਮੈਂਟ ਬਾਰੇ ਦੇਖਦੇ ਹਾਂ ਉਹਨਾਂ ਯੋਜਨਾਵਾਂ ਤੋਂ ਜ਼ਿਆਦਾ ਇਹਨਾਂ ਦੋਨਾਂ ਯੋਜਨਾਵਾਂ ਬਾਰੇ ਲੋਕਾਂ ਨੂੰ ਜ਼ਿਆਦਾ ਅਵੇਅਰਨੈਸ ਹੈ ਅਤੇ ਲੋਕ ਇਸ ਚੀਜ਼ ਤੋਂ ਜ਼ਿਆਦਾ ਜਾਗਰੂਕ ਹਨ। ਜੇ ਅਸੀਂ ਇੰਟਰਨੈਸ਼ਨਲ ਪੱਧਰ 'ਤੇ ਇਸ ਚੀਜ਼ ਨੂੰ ਜੋੜਦੇ ਹਾਂ ਤਾਂ ਯੂਨਾਈਟਿਡ ਨੇਸ਼ਨ ਦੇ ਦੁਆਰਾ 2030 ਦੇ ਉਹਨਾਂ ਦੇ ਟਾਰਗੇਟ ਨੂੰ ਦੇਖਿਆ ਜਾਵੇ ਤਾਂ ਉਹਨਾਂ ਦੇ ਦੁਆਰਾ ਇੱਕ ਰਿਪੋਰਟ ਦੇ ਅਨੁਸਾਰ ਭਾਰਤ ਦੇ ਵਿੱਚ ਸਿਰਫ 42% ਹੀ ਲੋਕ ਹਨ ਜੋ ਕਿ ਬੈਂਕਿੰਗ ਸੇਵਾਵਾਂ ਨਾਲ ਜੁੜੇ ਹੋਏ ਹਨ ਅਤੇ ਉਹਨਾਂ ਦਾ ਮੁੱਖ ਮਕਸਦ ਆ ਕਿ ਭਾਰਤ ਦੇ ਹਰ ਇੱਕ ਕਿਸ਼ੋਰ ਨੂੰ ਬੈਂਕਿੰਗ ਸੇਵਾਵਾਂ ਦੇ ਨਾਲ ਜੋੜਿਆ ਜਾ ਸਕੇ ਤਾਂ ਜੋ ਆਪਣੀਆਂ ਬੈਂਕਿੰਗ ਸੇਵਾਵਾਂ ਦੇ ਵਿੱਚ ਉਹ ਇਨਵੈਸਟਮੈਂਟ ਕਰ ਸਕਣ ਅਤੇ ਆਪਣੇ ਫਾਈਨੈਂਸ਼ੀਅਲ ਪੱਧਰ ਨੂੰ ਉੱਚਾ ਚੱਕ ਸਕਣ ਤਾਂ ਜੋ ਹੋਰ ਵੀ ਕਈ ਇਸ ਤਰ੍ਹਾਂ ਦੀਆਂ ਸਕੀਮਸ ਨੂੰ ਲਾਂਚ ਕੀਤਾ ਜਾ ਸਕੇ ਜਿਨ੍ਹਾਂ ਨਾਲ ਉਹ ਆਪਣੇ ਕਾਰੋਬਾਰ ਸ਼ੁਰੂ ਕਰ ਸਕਣ ਅਤੇ ਉਹਨਾਂ ਨੂੰ ਇਸ ਤਰ੍ਹਾਂ ਦੀ ਫਾਈਨੈਂਸ਼ੀਅਲ ਏਡ ਦਿੱਤੀ ਜਾ ਸਕੇ ਜਿਸ ਨਾਲ ਉਹ ਆਪਣਾ ਆਰਥਿਕ ਉਥਾਨ ਕਰ ਸਕਣ। ਇਸ ਤੋਂ ਇਲਾਵਾ ਜੋ ਕਿ ਅਨਔਰਗਨਾਈਜ਼ਡ ਵਰਕਰ ਸੋਸ਼ਲ ਸਿਕਿਉਰਟੀ ਐਕਟ 2008 ਆ ਉਸ ਦੇ ਅੰਤਰਗਤ ਹੈਲਥ ਇੰਸ਼ੋਰੈਂਸ, ਫੈਮਿਲੀ ਇੰਸ਼ੋਰੈਂਸ, ਮੈਟਰਨਿਟੀ ਬੈਨੀਫਿਟ ਅਤੇ ਸਿਕਨੈਸ ਬੈਨੀਫਿਟਸ ਅਤੇ ਓਲਡ ਏਜ ਪੈਨਸ਼ਨ ਦੇ ਪ੍ਰਾਵਧਾਨ ਲੋਕਾਂ ਨੂੰ ਪ੍ਰੋਵਾਈਡ ਕੀਤੇ ਗਏ ਹਨ। ਸੋ ਬੇਸਿਕਲੀ ਇਹਨਾਂ ਸਕੀਮਾਂ ਦਾ ਮਕਸਦ ਇਹੀ ਆ ਕਿ ਦੇਸ਼ ਦੇ ਵਿੱਚੋਂ ਪੋਵਰਟੀ ਨੂੰ ਖਤਮ ਕੀਤਾ ਜਾ ਸਕੇ ਅਤੇ ਹਰ ਇੱਕ ਇਨਸਾਨ ਨੂੰ ਇੱਕ ਬਰਾਬਰ ਦੇ ਪੱਧਰ 'ਤੇ ਉੱਤੇ ਲੈ ਕੇ ਆਉਂਦਾ ਜਾ ਸਕੇ। ਧੰਨਵਾਦ।